ਬਿੱਟੂ ਜੀ ਨੂੰ ਇੱਕ ਗੱਲ ਦੀ ਚਲਾਕਾ ਕਰਦਾ ਕਿ ਉਹਨਾਂ ਨੇ ਸੱਚਾਈ ਨੂੰ ਕਬੂਲਿਆ। 300 ਕਿਲੋਮੀਟਰ ਚੱਲ ਕੇ ਜਾਣਾ, ਇਹ ਬਿਆਨ ਲੁਧਿਆਣੇ 'ਚ ਵੀ ਦਿੱਤਾ ਜਾ ਸਕਦਾ। ਇੱਕ ਤੇ ਬਹਿ ਕੇ ਫਿਰ ਖਜ਼ਾਨਾ ਮੰਤਰੀ ਦੇ ਹਲਕੇ 'ਚ ਏਰੀਏ 'ਚ ਜਾ ਕੇ ਬਿਆਨ ਦੇਣਾ, ਇਹਦੇ ਬੜੇ ਵੱਡੇ ਮੈਨੂੰ ਨਿਕਲੇ। 3 ਸਾਲ ਨਿਕਲ ਗਏ, ਸਭ ਨੂੰ ਗੱਲੀ ਪਾਤੀ ਚਾਰੀ ਗਏ ਕਿ ਏਡਾ ਤੁਹਾਨੂੰ ਬੁਖਾਰ ਚੜਿਆ ਸਾਡਾ। ਹਰ ਗੱਲ ਦਾ ਇੱਕ ਸਟੈਂਡਰਡ ਬਹਾਨਾ ਹੈ, ਇਹ ਤਾਂ ਜੀ ਪਿਛਲੀ ਸਰਕਾਰ ਚੱਲਿਆ ਯਾਰ, ਤੁਹਾਡੇ ਆਪਦੀ ਵਜ਼ਾਰਤ ਦਾ ਅੰਤ ਸਮਾਂ ਤੁਰਿਆ ਹੁੰਦਾ ਕਿ ਅੱਜ ਜੋ ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋਇਆ ਉਹਦੇ ਲਈ ਇੱਕੋ ਇੱਕ ਬੰਦਾ ਜ਼ਿੰਮੇਵਾਰ ਹੈ, ਖਜ਼ਾਨਾ ਮੰਤਰੀ। ਹੁਣ ਕਾਂਗਰਸ ਦੇ ਅੰਦਰੋਂ ਜ਼ਿੰਮੇਵਾਰ ਜਿਹੜੇ ਕਾਂਗਰਸ ਦੇ ਲੀਡਰ ਹੈ, ਜੋ ਕੁਛ ਸਰਕਾਰ ਰਣਜੀਤ ਸਿੰਘ ਨੇ ਕੱਲ੍ਹ ਕਿਹਾ ਕਿ ਮਾੜੀ ਮੋਟੀ ਨੈਤਿਕਤਾ ਕੰਮ ਕਰੇਗੀ, ਮਨਪ੍ਰੀਤ ਸਿੰਘ ਬਾਦਲ ਉਸ ਤੋਂ ਬਾਅਦ ਆਪਣਾ ਅਸਤੀਫਾ ਦੇਣਗੇ ਕਿ ਨਹੀਂ ਦੇਣਗੇ। ਡਿਵੈਲਪਮੈਂਟ ਪੰਜਾਬ 'ਚ ਨਹੀਂ ਹੋ ਰਹੀ, MLA ਨਾਰਾਜ਼ ਹੈ। ਉਹ ਕਹਿੰਦੀ ਹੈ ਕਿ ਹੁਣ ਕਿੱਥੋਂ ਮੰਡੀ ਲਿਆਓ, ਪੈਸਾ ਲਿਆਓ, ਜਾ ਕੇ ਸੁੱਟੋ। ਬੀਤੇ ਦਿਨੀ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਲੁਧਿਆਣਾ ਵਿੱਚ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਸਣੇ ਹੋਰ ਵੀ ਅਕਾਲੀ ਆਗੂ ਮੌਜੂਦ ਰਹੇ। ਇਸ ਮੌਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਹੁਣ ਆਪਣੀ ਸਰਕਾਰ ਦੇ ਵਜ਼ੀਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਨ ਲੱਗ ਪਏ ਨੇ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ। ਇਸਦੇ ਨਾਲ ਹੀ ਉਹਨਾਂ ਹੋਰ ਕਿਹੜੇ ਕਿਹੜੇ ਮੁੱਦਿਆਂ ਤੇ ਕਾਂਗਰਸ ਸਰਕਾਰ ਤੇ ਤੰਜ ਕਸੇ, ਆਓ ਸੁਣਦੇ ਹਾਂ। ਜਿਹੜਾ ਨੌਨ ਪਰਫਾਰਮੈਂਸ ਹੈ ਗਵਰਨਮੈਂਟ ਦੀ, ਉਹਦੇ ਬਾਰੇ ਪੰਜਾਬ ਦੇ ਲੋਕ ਵੀ ਚਿੰਤਿਤ ਨੇ, ਉਹਦੇ 'ਤੇ ਵਿਚਾਰਾਂ ਵੀ ਚੱਲਦੀਆਂ ਨੇ। ਔਰ ਹੁਣ ਇਕੱਲੀ ਉਹ ਪੰਜਾਬ ਦੇ ਲੋਕਾਂ ਤੱਕ ਨਹੀਂ, ਇਹਨਾਂ ਦੀ ਆਪਣੀ ਅੰਦਰੂਨੀ ਪਾਰਟੀ ਜਿਹੜਾ ਹਰ ਕਮਰੇ ਦੇ ਅੰਦਰ ਬਹਿ ਕੇ, ਹਰ ਘਰ ਦੇ ਅੰਦਰ ਬਹਿ ਕੇ ਜਾਂ ਹਰ ਦਫ਼ਤਰ ਦੇ ਅੰਦਰ ਬਹਿ ਕੇ ਜੋ ਵਿਚਾਰਾਂ ਚੱਲਦੀਆਂ ਨੇ, ਮੈਂ ਇਸ ਗੱਲ ਦਾ ਬਿੱਟੂ ਜੀ ਨੂੰ ਇੱਕ ਗੱਲ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਸੱਚਾਈ ਨੂੰ ਕਬੂਲਿਆ। ਔਰ ਵੇਖੋ, ਇਸ ਗੱਲ ਕੋਈ ਛੋਟੀ ਮੋਟੀ ਨਹੀਂ, 300 ਕਿਲੋਮੀਟਰ ਚੱਲ ਕੇ ਜਾਣਾ, ਇਹ ਬਿਆਨ ਲੁਧਿਆਣੇ 'ਚ ਵੀ ਦਿੱਤਾ ਜਾ ਸਕਦਾ ਸੀ, ਮਗਰ ਬਠਿੰਡੇ ਜਾ ਕੇ ਇੱਕ ਤੇ ਬਹਿ ਕੇ ਫਿਰ ਖਜ਼ਾਨਾ ਮੰਤਰੀ ਦੇ ਹਲਕੇ 'ਚ ਏਰੀਏ 'ਚ ਜਾ ਕੇ ਬਿਆਨ ਦੇਣਾ, ਇਹਦੇ ਬੜੇ ਵੱਡੇ ਮੈਨੂੰ ਨਿਕਲ ਗਏ। ਔਰ ਗੱਲਾਂ ਉਹਨਾਂ ਨੇ ਕਿਹੜੀਆਂ ਕੀਤੀਆਂ ਕਿ ਜਦੋਂ ਚੋਣ ਮੈਨੂਫੈਸਟੋ ਬਣਿਆ ਸੀ, ਇਹ ਖਜ਼ਾਨਾ ਮੰਤਰੀ ਉਹਦੇ ਮੇਨ ਨੰਬਰਦਾਰ ਸਨ, ਜਿਹੜੇ ਤਿਆਰ ਕਮੇਟੀ ਕਮੇਟੀ ਦੇ ਚੇਅਰਮੈਨ ਸਨ, ਸਭ ਕੁਝ ਜਾਣਦੇ ਹੋਏ, ਅਸੀਂ ਪਹਿਲਾਂ ਵੀ ਇਹ ਗੱਲ ਕਹੀ, ਸਭ ਕੁਝ ਜਾਣਦੇ ਹੋਏ ਉਦੋਂ ਵੀ ਲੋਕਾਂ ਨਾਲ ਧੋਖਾ ਕੀਤਾ, ਫਰੋਡ ਕੀਤਾ। 3 ਸਾਲ ਨਿਕਲ ਗਏ, ਸਭ ਨੂੰ ਗੱਲੀ ਬਾਤੀ ਚਾਰੀ ਗਏ ਕਿ ਜੀ ਐਵਰੀਥਿੰਗ। ਦੇਖੋ, ਇਹ ਤਾਂ ਸਭ ਤੋਂ ਕੀ ਤੁਹਾਨੂੰ ਏਡਾ ਫੋਬੀਆ ਹੋਇਆ ਸ਼੍ਰੋਮਣੀ ਅਕਾਲੀ ਦਲ BJP ਦਾ, ਕੀ ਏਡਾ ਤੁਹਾਨੂੰ ਬੁਖਾਰ ਚੜਿਆ ਸਾਡਾ। ਹਰ ਗੱਲ ਦਾ ਇੱਕ ਸਟੈਂਡਰਡ ਬਹਾਨਾ ਹੈ, ਇਹ ਤਾਂ ਜੀ ਪਿਛਲੀ ਸਰਕਾਰ ਜ਼ਿੰਮੇਵਾਰ ਹੈ ਯਾਰ, ਤੁਹਾਡੇ ਆਪਦੀ ਵਜ਼ਾਰਤ ਦਾ ਅੰਤ ਸਮਾਂ ਤੁਰਿਆ ਹੁੰਦਾ ਹੈ। ਔਰ ਲੋਕ ਤੁਹਾਨੂੰ ਸਵਾਲ ਕਰ ਰਹੇ, ਤੁਹਾਡੀ 0 ਪਰਫੋਰਮੈਂਸ, ਨੌਨ ਪਰਫੋਰਮੈਂਸ, ਕਿ ਤੁਹਾਨੂੰ ਆਪਦੀ ਵਜ਼ਾਰਤ ਨਹੀਂ ਚਲਾਉਣੀ ਆ ਰਹੀ। ਇਹ ਅਸੀਂ ਨਹੀਂ ਕਹਿ ਰਹੇ, ਪੰਜਾਬ ਦੇ ਲੋਕ ਵੀ ਕਹਿ ਰਹੇ, ਅਤੇ ਹੁਣ ਤਾਂ ਕਾਂਗਰਸ ਦੇ ਸੀਨੀਅਰ ਲੀਡਰ ਵੀ ਕਹਿਣਾ ਸ਼ੁਰੂ ਕਰਤੇ। ਔਰ ਬਿੱਟੂ ਜੀ ਦਾ ਪਰਿਵਾਰ ਦੇ ਵੱਲੋਂ ਇਹ ਗੱਲ ਆਉਣੀ, ਜਿਹੜਾ ਆਪਦੇ ਆਪ ਨੂੰ ਟਕਸਾਲੀ ਕਾਂਗਰਸੀ ਪਰਿਵਾਰ ਮੰਨਦਾ, ਜਿਨ੍ਹਾਂ ਦੇ ਦਾਦਾ ਜੀ, ਜਿਨ੍ਹਾਂ ਦੇ ਬਜ਼ੁਰਗ ਕਾਂਗਰਸ ਦੇ ਬਹੁਤ ਵੱਡੇ ਵੱਡੇ ਅਹੁਦੇ 'ਤੇ ਰਹਿ ਚੁੱਕੇ ਆ, ਉਸ ਪਰਿਵਾਰ ਦੇ ਮੈਂਬਰ ਪਾਰਲੀਮੈਂਟ ਤੋਂ ਇਹ ਗੱਲ ਜਾ ਕੇ ਕਹਿਣੀ ਕਿ ਅੱਜ ਜੋ ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋਇਆ ਉਹਦੇ ਲਈ ਇੱਕੋ ਇੱਕ ਬੰਦਾ ਜ਼ਿੰਮੇਵਾਰ ਹੈ, ਖਜ਼ਾਨਾ ਮੰਤਰੀ ਜਾਂ ਮਨਪ੍ਰੀਤ ਸਿੰਘ ਬਾਦਲ। ਮੈਂ ਸਮਝਦਾ ਕੁਛ ਰਹੀ ਨਹੀਂ ਗਈ ਪਿੱਛੇ ਗੱਲ। ਔਰ ਵੱਡੀ ਗੱਲ ਦੇਖੋ, ਇਹਨਾਂ ਨੇ 2 ਗੱਲਾਂ ਹੋਰ ਕੀਤੀਆਂ, ਇਹ ਵੀ ਕਬੂਲਿਆ ਕਿ ਡਿਵੈਲਪਮੈਂਟ ਕੋਈ ਨਹੀਂ ਹੋ ਰਹੀ। ਦੇਖੋ, ਖਜ਼ਾਨਾ ਮੰਤਰੀ ਦਿੱਲੀ ਜਾਂਦੇ, ਅਵਾਰਡ ਲੈ ਕੇ ਆਉਂਦੇ ਆ, ਅਤੇ MP ਇੱਥੇ ਬੈਠਿਆ ਕਹਿੰਦਾ ਕਿ ਡਿਵੈਲਪਮੈਂਟ ਤਾਂ ਹੋ ਨਹੀਂ ਰਹੀ, ਕਹਿੰਦਾ ਬਠਿੰਡਾ ਵੀ ਹਰੇ ਅਤੇ ਦਾਖਾ ਵੀ ਹਰੇ। ਫਿਰ ਦੂਜੀ ਗੱਲ ਕਹਿੰਦੇ ਆ,
कि जेड़े बुजुर्गों नू पेंशनां दा शगन स्कीमां दा अंगहीन बच्चियां नू विधवावां नू जिहड़ी सुख सहूलतां दी गल कीती सी एक्सी स्कालरशिप दी गल कीती सी ਉਹ ਸੁੱਖ ਸਹੂਲਤਾਂ ਨਹੀਂ ਜਾ ਰਹੀ ਸਾਰੀਆਂ ਚੀਜ਼ਾਂ 'ਚ ਫੇਲ ਹੋ ਗਈ ਆ ਔਰ ਖਜ਼ਾਨਾ ਮੰਤਰੀ ਉਹਦੇ ਲਈ ਜ਼ਿੰਮੇਵਾਰ ਔਰ ਫਿਰ ਅਗਲੀ ਗੱਲ ਸਲਾਹ ਕਰਦੇ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਕੋਲ ਜਾਵਾਂਗੇ ਅਤੇ ਇਹ ਜੇ ਨੌਨ ਪਰਫੋਰਮਿੰਗ ਮਿਨਿਸਟਰਾਂ ਨੂੰ ਜਿਹੜਾ ਕੁਛ ਸਮਾਂ ਪਹਿਲਾਂ ਫਸਲੀ ਬਟੇਰੇ ਜਿਹੜੇ ਆਇਆ ਰਾਮ ਗਿਆ ਰਾਮ ਦੀ ਪੋਲੀਟਿਕਸ ਕਰਦੇ ਸੀ ਜਿਹੜੇ ਮੌਕੇ ਦੀ ਮੌਕੇ ਆਏ ਅਤੇ ਕਾਂਗਰਸੀਆਂ ਦਾ ਹੱਕ ਮਾਰ ਗਏ ਔਰ ਉਹਨਾਂ ਨੇ ਫਿਰ ਇਹ ਗੱਲ ਵੀ ਕਹੀ ਕਿ ਬੜੇ ਅੱਗੇ ਬੜੇ ਲਾਇਕ ਕਾਂਗਰਸੀ ਨੇ MLA ਜਿਹੜੀ ਇਹ ਤੋਂ ਵਧੀਆ ਡਿਊਟੀ ਨਿਭਾ ਸਕਦੇ ਔਰ ਇੱਕ ਉਦਾਹਰਣ ਨਹੀਂ ਦਿੱਤਾ ਕਈ ਉਦਾਹਰਣ ਦੇ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਵੇਲੇ ਵੀ ਖਜ਼ਾਨਾ ਮੰਤਰੀ ਦਾ ਇਹੀ ਟੇਪ ਰਿਕਾਰਡ ਹੁੰਦਾ ਸੀ ਖਜ਼ਾਨਾ ਖਾਲੀ ਮਨਪ੍ਰੀਤ ਸਿੰਘ ਬਾਦਲ ਦਾ ਮਗਰ ਉਹ ਤੋਂ ਬਾਅਦ ਬੀਬੀ ਭੁਪਿੰਦਰਜੀਤ ਕੌਰ ਆਏ ਉਹਨਾਂ ਨੇ ਕਦੇ ਗੱਲ ਨਹੀਂ ਕਹੀ ਵਧੀਆ ਕੰਮ ਕੀਤੇ ਵਧੀਆ ਸਹੂਲਤਾਂ ਦਿੱਤੀਆਂ 12 ਤੇ ਸਰਕਾਰ ਫੇਰ ਬਣ ਗਈ ਫਿਰ 5 ਸਾਲ ਪਰਮਿੰਦਰ ਸਿੰਘ ਢੀਂਡਸਾ ਜੀ ਆ ਉਹਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੀ ਕਾਰਗੁਜ਼ਾਰੀ ਵੀ ਸਰਕਾਰ ਦੀ ਬਾਦਲ ਸਾਹਿਬ ਦੀ ਸ਼ਿਫਟ ਕੀਤੀ ਸਰਕਾਰ ਦੀ ਕਿ ਵਧੀਆ ਸੀ ਸੋ ਮੈਂ ਸਮਝਦਾ ਇਹ ਤੋਂ ਵੱਡਾ ਵਿੰਡੀਕੇਸ਼ਨ ਇਸ ਤੋਂ ਵੱਡਾ ਸਬੂਤ ਕੀ ਮਿਲ ਸਕਦਾ ਕਿ ਕਾਂਗਰਸ ਦੇ ਸਰਕਾਰ ਦੇ ਵਜ਼ੀਰਾਂ ਦੇ ਕੀ ਹਾਲਾਤ ਬਣੇ ਪਏ ਔਰ ਇੱਕ ਪਹਿਲੇ ਨਹੀਂ ਇਸ ਤੋਂ ਪਹਿਲਾਂ ਜਿਹੜੇ CM ਸਾਹਿਬ ਦੇ ਐਡਵਾਈਜ਼ਰ ਵੀ ਸੀ ਆਪਣਾ ਰਾਜਾ ਵੜਿੰਗ ਜੀ ਉਹਨਾਂ ਨੇ ਵੀ ਕਿਹਾ ਕਿ ਨਲਾਇਕ ਵਜ਼ੀਰਾਂ ਨੂੰ ਬਾਹਰ ਕਰੋ ਲਾਇਕ MLA ਨੂੰ ਵਜ਼ੀਰਾਂ ਦੀ ਵਾਰੀ ਦਿਓ ਸੋ ਇਹ ਇਕੱਲਾ ਅਸੀਂ ਨਹੀਂ ਕਹਿ ਰਹੇ ਸਾਰੇ ਪੰਜਾਬੀ ਇਹ ਮਹਿਸੂਸ ਕਰਦੇ ਆ ਦੇਖਿਆ ਜਾਵੇ ਤਾਂ ਅਕਸਰ ਹੀ ਵਿਰੋਧੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਇਲਜ਼ਾਮ ਲਗਾਉਣ ਦਾ ਸਿਲਸਿਲਾ ਹਮੇਸ਼ਾ ਹੀ ਬਣਿਆ ਰਹਿੰਦਾ ਪਰ ਹੁਣ ਇਸ ਵਾਰ ਤਾਂ ਕਾਂਗਰਸੀਆਂ ਦੀ ਆਪਸ ਵਿੱਚ ਹੀ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਇੰਜ ਜਾਪਦਾ ਹੈ ਕਿ ਜਿਵੇਂ ਅਕਾਲੀਆਂ ਨੂੰ ਹੁਣ ਬੋਲਣ ਦਾ ਮੌਕਾ ਹੀ ਮਿਲ ਗਿਆ ਹੋਵੇ ਜਿਹਦੇ ਚਲਦੇ ਹੁਣ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਕਾਂਗਰਸੀਆਂ ਨੂੰ ਰਗੜੇ ਲਗਾਏ ਜਾ ਰਹੇ ਨੇ ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੀ ਰਿਪੋਰਟ ਚੈਨਲ ਪੰਜਾਬ ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ ਇਟਸ ਕੂਲ ਟੂ ਬੀ ਪੰਜਾਬੀ